ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿਵੇਂ ਕਿ ਤੁਸੀਂ ਅੱਜ ਜਾਣਦੇ ਹੋ ਕਿ ਅੱਜ ਹੈਗਾ ਸੋਮਵਾਰ, ਅਤੇ ਸੋਮਵਾਰ ਨੂੰ ਆਪਾਂ ਕੋਈ ਨਾ ਕੋਈ ਰੈਸਿਪੀ ਦੀ ਵੀਡੀਓ ਪਾਈ ਦੀ ਆ। ਅੱਜ ਆਪਾਂ ਬਣਾਉਣ ਜਾ ਰਹੇ ਹਾਂ ਪਾਓ ਭਾਜੀ। ਤੁਸੀਂ ਸਾਹਮਣੇ ਜਿੰਨੀਆਂ ਸਬਜ਼ੀਆਂ ਦੇਖ ਰਹੇ ਹੋ ਸਾਰੀਆਂ ਪਾਓ ਭਾਜੀ ਵਿੱਚ ਪੈਣ ਲਈ ਲੋੜਵੰਦ ਆ। ਅਤੇ ਤੁਸੀਂ ਇਹ ਸਾਰੀਆਂ ਸਬਜ਼ੀਆਂ ਲੈ ਲੈਣੀਆਂ, ਚੰਗੀ ਤਰ੍ਹਾਂ ਧੋ ਸਵਾਰ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਕੱਟ ਲੈਣਾ। ਹੁਣ ਮੈਂ ਤੁਹਾਨੂੰ ਦੱਸਦਾ, ਤੁਸੀਂ ਇਸ ਤਰੀਕੇ ਨਾਲ ਕੱਟ ਲੈਣਾ, ਠੀਕ ਆ ਜੀ। ਅਤੇ ਇਹਦੇ ਵਿੱਚ ਟਮਾਟਰ ਅਤੇ ਪਿਆਜ਼ ਅਤੇ ਆਪਣੇ ਸ਼ਿਮਲਾ ਮਿਰਚ ਅਲੱਗ ਪਈ ਆ, ਇਹ ਆਪਾਂ ਨੂੰ ਤੜਕੇ ਲਈ ਚਾਹੀਦੀ ਆ। ਅਤੇ ਜਿਹੜੀਆਂ ਆਹ ਸਬਜ਼ੀਆਂ ਕੱਟੀਆਂ ਪਈਆਂ ਇਹ ਆਪਾਂ ਇਸ ਤਰੀਕੇ ਨਾਲ ਕੱਟ ਕੇ ਇਹਨਾਂ ਨੂੰ ਆਪਾਂ ਕੂਕਰ 'ਚ ਪਾ ਕੇ ਉਬਾਲਣਾ ਆ, ਠੀਕ ਆ ਜੀ। ਇਹਨੂੰ 4 ਸੀਟੀਆਂ ਲਵਾਉਣੀਆਂ ਆ। ਇਹਦੇ ਵਿੱਚ 1 ਕੱਪ ਆਪਾਂ ਪਾਉਣਾ ਪਾਣੀ ਦਾ। ਬਹੁਤ ਹੀ ਸੌਖੀ ਜੀ ਰੈਸਪੀ ਆ, ਕੋਈ ਔਖੀ ਗੱਲ ਨਹੀਂ। ਮੈਂ ਤੁਹਾਨੂੰ ਦਿਖਾਊਂਗਾ ਵੀ ਕਿੱਦਾਂ ਆਪਾਂ ਕਰਨਾ ਆ। ਆਪਾਂ ਕੁੱਕਰ ਸਿੰਗ ਲੈ ਲੈਣਾ, ਉਹਦੇ ਵਿੱਚ ਆਪਾਂ ਇਹ ਸਾਰੀਆਂ ਸਬਜ਼ੀਆਂ ਪਾ ਲੈਣੀਆਂ ਆ। ਸਾਰੀਆਂ ਸਬਜ਼ੀਆਂ ਪਾ ਕੇ ਟਮਾਟਰ ਪਿਆਜ਼ ਅਤੇ ਸ਼ਿਮਲਾ ਮਿਰਚ ਤੋਂ ਸੁੱਟ ਜਿੰਨੀਆਂ ਸਬਜ਼ੀਆਂ ਆ ਉਹ ਆਪਾਂ ਕੁੱਕਰ ਸਿੰਗ 'ਚ ਪਾ ਲੈਣੀਆਂ। ਪਾ ਕੇ ਅਤੇ ਇਹਦੇ ਵਿੱਚ ਆਪਾਂ 1 ਕੱਪ ਪਾਣੀ ਦਾ ਪਾਉਣਾ ਆ। 1 ਕੱਪ ਆਪਾਂ ਪਾਣੀ ਦਾ ਪਾ ਕੇ ਫਿਰ ਇਹਦਾ ਢੱਕਣ ਚੰਗੀ ਤਰ੍ਹਾਂ ਕੁੱਕਰ ਦਾ ਬੰਦ ਕਰਕੇ ਅਤੇ ਫਿਰ ਆਪਾਂ ਲਵਾਉਣੀ ਆ ਜੀ 4 ਵਿਸਲਾਂ ਵਜਾਉਣੀਆਂ ਆਪਾਂ। 4 ਸੀਟੀਆਂ ਵੱਜ ਕੇ ਇਹ ਸਬਜ਼ੀ ਆਪਣੀ ਤਿਆਰ ਹੋ ਜਾਣੀ ਆ। ਅਤੇ ਥੋੜ੍ਹਾ ਜਿਹਾ ਆਪਾਂ ਪਾ ਲੈਣਾ ਇਹਦੇ ਵਿੱਚ ਲੂਣ, ਕਿਉਂਕਿ ਲੂਣ ਛੇਤੀ ਸਬਜ਼ੀਆਂ ਨੂੰ ਗਾਲ ਦਿੰਦਾ ਆ, ਠੀਕ ਆ ਜੀ। ਆਹ ਆਪਾਂ ਢੱਕਣ ਦਿੱਤਾ ਆ ਲਾ ਅਤੇ ਗੈਸ ਕਰ ਦਿੱਤਾ ਆ ਚਾਲੂ। ਅਤੇ ਹੁਣ ਆਪਾਂ ਇਹਨਾਂ ਨੂੰ ਉਬਾਲਣ ਲਈ ਰੱਖ ਦਿੰਦੇ ਹਾਂ। ਅਤੇ ਆਪਾਂ ਇੱਧਰ ਕੜਾਹੀ ਕੌਰਜੀ ਨੂੰ ਲੈ ਲੈਣਾ ਆ। ਇਹਦੇ ਵਿੱਚ ਆਪਾਂ ਥੋੜ੍ਹਾ ਜਿਹਾ ਮੱਖਣ ਅਤੇ ਦੇਸੀ ਘੇ ਪਾ ਲੈਣਾ। ਰਿਫਾਇੰਡ ਵੀ ਪਾ ਸਕਦੇ ਪਰ ਦੇਸੀ ਘੇ ਘਰ ਦਾ ਹੋਵੇ ਤਾਂ ਕਿਆ ਬਾਤ ਹੀ ਆ ਜੀ। ਅਤੇ ਇਹਦੇ ਵਿੱਚ ਆਪਾਂ ਪਾ ਕੇ ਥੋੜ੍ਹਾ ਜਿਹਾ ਇਹਦੇ ਵਿੱਚ ਆਪਾਂ ਪਾਉਣਾ ਆ ਜੀਰਾ। ਜੀਰਾ ਜੀ ਆਪਾਂ ਤਾਂ ਪਾਉਣਾ ਕਿਉਂਕਿ ਜੀਰਾ ਇੱਕ ਬਹੁਤ ਹੀ ਵਧੀਆ ਤੜਕੇ ਨੂੰ ਸਵਾਦਿਸ਼ਟ ਬਣਾਉਂਦਾ ਆ। ਜੀਰਾ ਪਾ ਕੇ ਅਤੇ ਆਪਾਂ ਅਦਰਕ ਪਾਉਣ ਦੀ ਲੋੜ ਨਹੀਂ, ਇਕੱਲਾ ਤੁਸੀਂ ਲਸਣ ਨੂੰ ਬਰੀਕ ਬਰੀਕ ਕੱਟ ਕੇ ਵਧੀਆ ਤਰੀਕੇ ਨਾਲ ਅਤੇ ਇਹਨੂੰ ਇਹਦੇ ਵਿੱਚ ਪਾ ਲੈਣਾ ਆ, ਠੀਕ ਆ ਜੀ। ਅਤੇ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਘਿਓ ਅਤੇ ਮੱਖਣ ਦੇ ਵਿੱਚ ਮਿਕਸ ਕਰ ਦੇਣਾ ਆ, ਠੀਕ ਆ ਜੀ। ਇਹਨੂੰ ਥੋੜ੍ਹਾ ਚਿਰ ਹਿਲਾਉਣ ਤੋਂ ਬਾਅਦ ਜਦੋਂ ਇਹ ਥੋੜ੍ਹਾ ਜਿਹਾ ਬਰਾਊਨ ਹੋਣ ਲੱਗ ਪਵੇ, ਮਤਲਬ ਬਹੁਤ ਹੀ ਥੋੜ੍ਹਾ ਜਿਹਾ, ਜ਼ਿਆਦਾ ਨਹੀਂ, ਥੋੜ੍ਹਾ ਜਿਹਾ ਬਰਾਊਨ ਹੋਣ ਲੱਗ ਪਵੇ, ਅਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਣਾ ਆ ਪਿਆਜ਼, ਠੀਕ ਆ ਜੀ। ਜਿੱਦਾਂ ਆਪਾਂ ਬਾਕੀ ਦਾਲ ਸਬਜ਼ੀਆਂ ਨੂੰ ਤੜਕਾ ਲਾਉਣੇ ਸਿਰਫ ਉੱਦਾਂ ਹੀ ਆ, ਕੋਈ ਔਖੀ ਗੱਲ ਨੀਗੀ। ਅਤੇ ਇਹਦੇ ਵਿੱਚ ਆਪਾਂ ਪਿਆਜ਼ ਪਾ ਕੇ ਅਤੇ ਪਿਆਜ਼ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਲੈਣਾ ਆ, ਠੀਕ ਆ ਜੀ। ਹਿਲਾ ਕੇ ਅਤੇ ਫਿਰ ਆਪਾਂ ਇਹਦੇ ਵਿੱਚ ਪਾ ਦੇਣੀ ਆ ਸ਼ਿਮਲਾ ਮਿਰਚ। ਸ਼ਿਮਲਾ ਮਿਰਚ ਟਮਾਟਰਾਂ ਤੋਂ ਪਹਿਲਾਂ ਪਾਉਣੀ ਆ, ਅਤੇ ਜਿਹੜੇ ਟਮਾਟਰ ਆ ਉਹ ਪਿਆਜ਼ ਨਾਲੋਂ ਥੋੜ੍ਹੇ ਜਿਹੇ ਆਪਾਂ ਜ਼ਿਆਦਾ ਲੈਣੇ ਆ, ਠੀਕ ਆ ਜੀ। ਕਿਉਂਕਿ ਉਹ ਇੱਕ ਪਾਓ ਭਾਜੀ ਨੂੰ, ਭਾਜੀ ਕਹਿ ਲਓ, ਮਤਲਬ ਉਹਨੂੰ ਬਹੁਤ ਹੀ ਵਧੀਆ ਸਵਾਦਿਸ਼ਟ ਬਣਾਉਂਦਾ ਆ। ਅਤੇ ਆਹ ਲਓ ਜੀ, ਹੁਣ ਆਪਾਂ ਟਮਾਟਰ ਪਾ ਲੈਣੇ ਆ। ਟਮਾਟਰ ਪਾ ਕੇ ਅਤੇ ਆਪਾਂ ਇਹਨਾਂ ਨੂੰ ਬਹੁਤ ਹੀ ਚੰਗੇ ਤਰੀਕੇ ਨਾਲ ਹਿਲਾ ਲੈਣਾ ਆ। ਅਤੇ ਆਪਾਂ ਹੁਣ ਇਹਨਾਂ ਨੂੰ ਭੁੰਨਣਾ ਸ਼ੁਰੂ ਕਰ ਲੈਣਾ ਜੀ। ਜਦੋਂ ਇਹ ਪੂਰੇ ਬਰਾਊਨ ਹੋ ਗਏ, ਨਮਕ ਪਾ ਲਓ ਥੋੜ੍ਹਾ ਜਿਹਾ, ਕਿਉਂਕਿ ਨਮਕ ਹਰੇਕ ਚੀਜ਼ ਨੂੰ ਗੱਲ ਛੇਤੀ ਗਲਦਾ ਆ, ਇਸ ਕਰਕੇ ਨਮਕ ਪਾ ਲਓ। ਨਮਕ ਪਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਹਿਲਾ ਕੇ ਇਹਨਾਂ ਨੂੰ ਬਰਾਊਨ ਹੋਣ ਤੱਕ ਛੱਡ ਦੇਣਾ ਆ, ਠੀਕ ਆ ਜੀ। ਜਿੱਦਾਂ ਜਿੱਦਾਂ ਇਹ ਬਰਾਊਨ ਹੋਈ ਗਏ, ਠੀਕ ਆ ਜੀ, ਤੜਕਾ ਤੁਹਾਡਾ ਤਿਆਰ ਹੋਈ ਗਿਆ। ਅਤੇ ਆਪਾਂ ਇਹਨੂੰ ਚੰਗੀ ਤਰ੍ਹਾਂ ਕੜਛੀ ਨਾਲ ਹਿਲਾ ਕੇ ਮਿਕਸ ਕਰ ਦੇਣਾ, ਠੀਕ ਆ ਜੀ। ਆਹ ਦੇਖੋ ਤੁਹਾਡੇ ਸਾਹਮਣੇ ਆਪਣਾ ਤੜਕਾ ਹੌਲੀ ਹੌਲੀ ਬਰਾਊਨ ਹੋਣ ਜਾ ਰਿਹਾ ਆ। ਸ਼ਿਮਲਾ ਮਿਰਚ ਨੂੰ ਆਪਾਂ ਉਬਾਲ ਨਹੀਂ ਸਕਦੇ ਕਿਉਂਕਿ ਉਹਦਾ ਉਬਾਲਿਆ ਹੋਇਆ ਸਵਾਦ ਨਹੀਂ ਰਹਿੰਦਾ, ਇਸ ਕਰਕੇ ਆਪਾਂ ਇਹਨੂੰ ਤੜਕੇ ਵਿੱਚ ਹੀ ਭੁੰਨਣਾ ਆ। ਅਤੇ ਫਿਰ ਆਪਾਂ ਇਹਦੇ ਵਿੱਚ ਹਲਦੀ ਪਾ ਲੈਣੀ ਆ, ਠੀਕ ਆ ਜੀ। ਹਲਦੀ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਆ।
ਬਹੁਤ ਹੀ ਘੱਟ ਘਿਓ, ਬਹੁਤ ਹੀ ਘੱਟ ਮੱਖਣੀ ਅਤੇ ਬਹੁਤ ਹੀ ਥੋੜ੍ਹੇ ਜਿਹੇ ਮਸਾਲੇ ਪਾ ਕੇ ਆਪਾਂ ਇਹ ਰੈਸਪੀ ਬਣਾ ਰਹੇ ਹਾਂ, ਕਿਉਂਕਿ ਬੱਚਿਆਂ ਨੇ ਵੀ ਖਾਣੀ ਹੁੰਦੀ ਆ। ਅਤੇ ਲਓ ਜੀ, ਹੁਣ ਆਪਾਂ ਪਾਉਣਾ ਇਹਦੇ ਵਿੱਚ ਪਾਓ ਭਾਜੀ ਮਸਾਲਾ। ਤੁਸੀਂ ਦੇਖ ਹੀ ਲਿਆ ਆਪਾਂ ਇਹਦੇ ਵਿੱਚ ਕੀ ਪਾਇਆ, ਲੂਣ ਪਾਇਆ, ਹਲਦੀ ਪਾਈ ਅਤੇ ਪਾਓ ਭਾਜੀ ਮਸਾਲਾ ਪਾਇਆ, ਠੀਕ ਹੈ ਜੀ। ਕੋਈ ਔਖੀ ਗੱਲ ਨਹੀਂ, ਬਾਕੀ ਤੜਕੇ ਵਾਂਗੂ ਹੀ ਇਹਨੂੰ ਭੁੰਨਣਾ ਆ। ਅਤੇ ਆਹ MDH ਦਾ ਪਾਓ ਭਾਜੀ ਮਸਾਲਾ ਲੈ ਲਓ, ਅਤੇ ਕਿਆ ਬਾਤ ਹੀ ਆ ਜੀ ਸਵਾਦ, ਅਤੇ ਆਪਦੀਆਂ ਤੁਸੀਂ ਉਂਗਲਾਂ ਚੱਟਦੇ ਰਹਿ ਜੂੰਗੇ ਅਤੇ ਆਪਦੇ ਵੱਲ ਦੇਖਦੇ ਕਿ ਹੈਰਾਨ ਹੋਈ ਜਾਊਂਗੇ ਵੀ ਇਹ ਚੀਜ਼ ਮੈਂ ਬਣਾਈ ਆ। ਆਹ ਦੇਖੋ, ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਅਤੇ ਮੈਸ਼ਰ ਲੈ ਲੈਣਾ ਆ, ਠੀਕ ਆ ਜੀ। ਜਦੋਂ ਇਹ ਬਰਾਊਨ ਹੋ ਗਿਆ, ਮਤਲਬ ਬਰਾਊਨ ਕਹਿਣ ਦਾ ਭਾਵ ਇਹ ਨਹੀਂ ਵੀ ਮਚਾ ਹੀ ਲੈਣਾ ਆ ਤੜਕਾ, ਮਤਲਬ ਥੋੜ੍ਹਾ ਜਿਹਾ ਬਰਾਊਨ ਹੋ ਗਿਆ, ਮਤਲਬ ਗਲ ਗਿਆ ਜਦੋਂ, ਇਹਨੂੰ ਫਿਰ ਚੰਗੀ ਤਰ੍ਹਾਂ ਮੈਸ਼ਰ ਨਾਲ ਮੈਸ਼ ਕਰ ਲੈਣਾ ਆ। ਆਹ ਦੇਖੋ ਤੁਹਾਡੇ ਸਾਹਮਣੇ ਮੈਸ਼ਰ, ਇੱਧਰ ਦੇਖੋ ਜੀ ਕਿਆ ਬਾਤ ਆ, ਆਪਣੀਆਂ ਸਬਜ਼ੀਆਂ ਵੀ ਤਿਆਰ ਹੋ ਚੁੱਕੀਆਂ ਆ, ਇਹ ਐਨ ਉਬਲ ਕੇ ਤਿਆਰ ਆ ਜੀ, ਠੀਕ ਆ। ਦੇਖੋ ਕਿਆ ਸੋਹਣਾ ਰੰਗ ਆਇਆ ਇਹਨਾਂ ਦੇ ਵਿੱਚ। ਹੁਣ ਆਪਾਂ ਇਹਨਾਂ ਨੂੰ ਵੀ ਮੈਸ਼ਰ ਨਾਲ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਹੈ, ਠੀਕ ਆ ਜੀ। ਚੰਗੀ ਤਰ੍ਹਾਂ ਮੈਸ਼ ਕਰਨ ਤੋਂ ਬਾਅਦ ਆ ਦੇਖੋ, ਕਿਉਂਕਿ ਆਪਾਂ ਇੱਕ ਕੱਪ ਇਹਦੇ ਵਿੱਚ ਪਾਣੀ ਪਾਇਆ ਸੀ, ਉਹ ਪਾਣੀ ਇਹਦੇ ਵਿੱਚ ਹੀ ਆ, ਅਤੇ ਆਪਾਂ ਇਹਨੂੰ ਮੈਸ਼ ਜਦੋਂ ਕਰਨਾ ਆ, ਇਹਨੇ ਚੰਗੀ ਤਰ੍ਹਾਂ ਤੁਹਾਡੇ ਸਾਹਮਣੇ ਦੇਖੋ ਇਹਦੇ ਵਿੱਚ ਇਹਨੇ ਘੁਲ ਮਿਲ ਜਾਣਾ, ਸਾਰੀਆਂ ਸਬਜ਼ੀਆਂ ਨੇ ਆਪਸ ਵਿੱਚ ਘੁਲ ਜਾਣਾ ਆ। ਆਹ ਦੇਖੋ, ਲਓ ਜੀ ਆਹ ਆਪਾਂ ਮੈਸ਼ ਕਰ ਲਿਆ, ਇਹ ਹੁਣ ਹੋ ਗਈ ਆ ਰੈਡੀ ਕੰਮ, ਠੀਕ ਆ ਜੀ। ਜਦੋਂ ਇਹ ਮੈਸ਼ ਕਰਕੇ ਕੁੱਕਰ ਦੇ ਵਿੱਚ ਇੱਡੀ ਰੈਡੀ ਹੋ ਗਿਆ ਸਮਾਨ ਸਾਰਾ, ਅਤੇ ਇਹ ਆਪਾਂ ਸਮਾਨ ਸਾਰਾ ਚੱਕ ਕੇ ਜਿਹੜਾ ਉਹ ਆਪਣਾ ਤੜਕਾ ਤਿਆਰ ਕੀਤਾ ਹੋਇਆ, ਮੈਸ਼ ਕੀਤਾ ਹੋਇਆ, ਇਹ ਆਪਾਂ ਉਹਦੇ ਵਿੱਚ ਰਲਾ ਲੈਣਾ ਸਾਰਾ, ਠੀਕ ਆ ਜੀ। ਰਲਾ ਕੇ ਗੈਸ ਚਾਲੂ ਕਰਕੇ, ਠੀਕ ਆ ਜੀ, ਅਤੇ ਕੜਾਹੀ ਗੌਰ ਦੇ ਵਿੱਚ ਇਹਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਰਲਾ ਲੈਣਾ ਆਪਸ ਵਿੱਚ। ਦੇਖੋ ਕਿੰਨਾ ਸੋਹਣਾ ਰੰਗ ਆ ਰਿਹਾ ਆ, ਤੜਕਾ ਵੀ ਮਿਕਸ ਹੋ ਗਿਆ ਆ, ਸਬਜ਼ੀਆਂ ਵੀ ਮਿਕਸ ਹੋ ਗਈਆਂ ਆ। ਇਹ ਤੁਹਾਡੇ ਸਾਹਮਣੇ ਭਾਜੀ ਹੋ ਗਈ ਆ ਤਿਆਰ ਬਰ ਤਿਆਰ, ਠੀਕ ਆ ਜੀ। ਜਦੋਂ ਇਹ ਸਾਰਾ ਕੁਛ ਮਿਕਸ ਹੋ ਗਿਆ ਤਾਂ ਆਪਾਂ ਇਹਦੇ ਉੱਪਰ ਢੱਕਣ ਦੇ ਕੇ ਸਿਰਫ ਕੁਛ ਮਿੰਟਾਂ ਲਈ, 5 ਕੁ ਮਿੰਟਾਂ ਲਈ ਆਪਾਂ ਇਹਨੂੰ ਰੱਖਣਾ ਆ। ਅਤੇ ਆਹ ਤੁਹਾਡੇ ਸਾਹਮਣੇ 5 ਕੁ ਮਿੰਟ ਰੱਖ ਕੇ ਇਹ ਆਪਸ ਵਿੱਚ ਸਭ ਕੁਛ ਘੁਲ ਮਿਲ ਗਿਆ ਅਤੇ ਹੋ ਗਿਆ ਰੈਡੀ। ਅਤੇ ਹੁਣ ਆਪਾਂ ਪਾ ਦੇਣਾ ਉੱਤੋਂ ਦੀ ਹਰਾ ਹਰਾ ਧਨੀਆ। ਅਤੇ ਜਦੋਂ ਆਪਾਂ ਪਾਤਾ ਧਨੀਆ, ਅਤੇ ਇੱਦਾਂ ਲੱਗਦਾ ਵੀ ਜਿੱਦਾਂ ਆਪਾਂ ਕਿਸੇ ਰੈਸਟੋਰੈਂਟ ਵਿੱਚ ਪਾਓ ਭਾਜੀ ਖਾਣ ਲੱਗੇ ਹਾਂ। ਪਾਓ ਬੌਨ ਦੇ ਲੈ ਲਓ, ਬਹੁਤ ਹੀ ਵਧੀਆ ਪਾਓ ਆ। ਇੱਦਾਂ ਆਪਾਂ ਛੋਟਾ ਛੋਟਾ ਪਿਆਜ਼ ਕੱਟ ਕੇ ਨਾਲ ਨਿੰਬੂ ਵੀ ਜ਼ਰੂਰ ਲੈਣਾ, ਕਿਉਂਕਿ ਜਿੱਦਾਂ ਆਪਾਂ ਨੂੰ ਰੈਸਟੋਰੈਂਟ ਵਿੱਚ ਸਰਵ ਹੁੰਦਾ ਉੱਦਾਂ ਹੀ ਆਪਾਂ ਘਰੇ ਖਾਣਾ ਆ। ਆਹ ਦੇਖੋ ਜੀ, ਪਲੇਟ ਹੋ ਗਈ ਆ ਤਿਆਰ, ਅਤੇ ਹੁਣ ਆਪਣੀ ਖਾਣ ਦੀ ਤਿਆਰੀ ਆ। ਅਤੇ ਆ